ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼। ਕੱਲ੍ਹ ਗੋਰੀਵਾਲਾ 'ਚ BJP ਦੀ ਰੈਲੀ ਸੀ, ਜਿੱਥੇ ਸਰਸਾ ਦੇ ਉਮੀਦਵਾਰ ਡਾਕਟਰ ਅਸ਼ੋਕ ਤੰਵਰ ਦੀ ਵੋਟਾਂ ਦੀ ਅਪੀਲ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਸੀ। ਇਸ ਰੈਲੀ ਦੇ ਵਿੱਚ ਪਹੁੰਚਣ ਲਈ ਕਿਸਾਨ ਜਥੇਬੰਦੀਆਂ ਦੀ ਵੀ ਪਲਾਨਿੰਗ ਸੀ ਕਿ ਇਸ ਰੈਲੀ ਦੇ ਵਿੱਚ ਪਹੁੰਚ ਕੇ ਮੁੱਖ ਮੰਤਰੀ ਨੂੰ ਜੋ ਸਵਾਲ ਹੈ, ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਸਵਾਲ ਹੈ, ਉਹ ਸਵਾਲ ਕਰਨ ਲਈ ਉਸ ਰੈਲੀ 'ਤੇ ਪਹੁੰਚਣਾ ਸੀ। ਪਰ ਇਸ ਦੀ ਭਣਕ ਪੁਲਿਸ ਪ੍ਰਸ਼ਾਸਨ ਅਤੇ ਗੁਪਤਚਰ ਵਿਭਾਗ ਨੂੰ ਲੱਗੀ ਤਾਂ ਉਹ ਪੂਰੀ ਤਰ੍ਹਾਂ ਅਲਰਟ ਰਹੀ, ਜਗ੍ਹਾ ਜਗ੍ਹਾ 'ਤੇ ਨਾਕੇਬੰਦੀ ਕਰਕੇ ਇਸ ਦੀ ਕਣਸੋਆ ਲੈਂਦੇ ਰਹੇ ਕਿ ਕਿਹੜੇ ਰਾਸਤੇ ਤੋਂ ਕਿਸਾਨ ਜਥੇਬੰਦੀਆਂ ਆ ਸਕਦੀਆਂ, ਕਿੱਥੇ ਕੋਈ ਰੋਸ ਪ੍ਰਦਰਸ਼ਨ ਹੋ ਸਕਦਾ ਅਤੇ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਕਿਸਾਨ ਸੰਗਠਨ ਅਤੇ ਹਰਿਆਣਾ ਕਿਸਾਨ ਏਕਤਾ ਜਥੇਬੰਦੀਆਂ ਦੇ ਕਿਸਾਨ ਕਾਫੀ ਤਾਦਾਦ ਦੇ ਵਿੱਚ ਗੋਰੀਵਾਲਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ। ਕਿਸਾਨ ਯੂਨੀਅਨ ਦੇ ਕਾਫੀ ਵੱਡੀ ਤਾਦਾਦ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਸੀ ਅਤੇ ਇਸ ਦੀ ਭਣਕ ਗੁਪਤਚਰ ਵਿਭਾਗ ਨੂੰ ਅਤੇ ਪੁਲਿਸ ਮਹਿਕਮੇ ਨੂੰ ਲੱਗੀ ਤਾਂ ਕਿਸਾਨ ਨੇਤਾ ਜਸਵੀਰ ਸਿੰਘ ਭਾਟੀ ਨੂੰ ਮੱਟ ਦਾਦੂ ਕੋਲ ਹਿਰਾਸਤ 'ਚ ਲੈ ਲਿਆ ਗਿਆ ਸੀ। ਕਈ ਕਿਸਾਨਾਂ ਨੂੰ ਸਦਰ ਥਾਣਾ ਡੱਬਵਾਲੀ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ। ਕਰੀਬ 4 ਘੰਟੇ ਤੱਕ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਕਿਸਾਨਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ, ਸਰਕਾਰ ਦੇ ਖਿਲਾਫ਼ ਨਾਅਰੇ ਵੀ ਕੀਤੇ। ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕਰਨੇ ਸੀ ਪਰ ਉਹਨਾਂ ਦਾ ਸਵਾਲ ਸੁਣਨ ਦੇ ਬਜਾਏ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ। ਉਹਨਾਂ ਦੇ ਕਿਸਾਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਸਦਰ ਥਾਣਾ ਡੱਬਵਾਲੀ ਦੀ ਹੈ, ਜਿੱਥੋਂ ਕਿਸਾਨ ਨੇਤਾ ਜਸਵੀਰ ਸਿੰਘ ਭਾਟੀ ਦੀ ਅਗਵਾਈ 'ਚ ਕਿਸਾਨ ਜਿਹੜੇ ਉਹ ਥਾਣੇ 'ਚੋਂ ਬਾਹਰ ਆ ਰਹੇ ਹੈ।